ਸਤਿ ਸ਼੍ਰੀ ਅਕਾਲ ਜੀ YouTube ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਇਹ ਵੀਡੀਓ ਮੌਸਮ ਦੇ ਸਬੰਧੀ ਨਹੀਂ ਇਹ ਵੀਡੀਓ ਆ ਜੀ ਕਿਸਾਨਾਂ ਲਈ ਮੋਦੀ ਸਰਕਾਰ ਕਰਨ ਜਾ ਰਹੀ ਹੈ ਵੱਡਾ ਐਲਾਨ ਕਿਸਾਨ ਹੋ ਜਾਣ ਤਿਆਰ ਹੋਵੇਗਾ ਵੱਡਾ ਫਾਇਦਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਜਿੰਗੀ ਤਰ੍ਹਾਂ ਆਰਾਮ ਦੇ ਨਾਲ ਸਾਰੀ ਵੀਡੀਓ ਸੁਣੋ ਜੀ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਮੋਦੀ ਸਰਕਾਰ ਦੇ ਵੱਲੋਂ ਲੇਟੈਸਟ ਸਕੀਮ ਆਈ ਆ ਜੀ ਉਸ ਦੇ ਲਈ ਕਿਤੇ ਤੁਹਾਨੂੰ ਫਾਇਦਾ ਨਾ ਮਿਲੇ ਇਸ ਕਰਕੇ ਵੀਡੀਓ ਨੂੰ ਬਿਨਾ ਰੁਕੇ ਬਿਨਾ ਰੁਕੇ ਬਿਨਾ ਪਾਉਸ ਕੀਤੇ ਸਾਰੀ ਵੀਡੀਓ ਦੇਖੋ ਜੀ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਮੈਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਲੱਗਾ ਕਿਰਪਾ ਕਰਕੇ ਕੰਨ ਖੋਲ ਕੇ ਧਿਆਨ ਨਾਲ ਜਾਣਕਾਰੀ ਸੁਣੋ ਜੀ ਕੇਂਦਰ ਸਰਕਾਰ ਦੇਸ਼ ਭਰ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਪਿਛਲੇ ਹਫਤੇ ਹੀ ਇੱਕ ਮੀਡੀਆ ਰਿਪੋਰਟ ਵਿੱਚ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਲਪੀਜੀ ਸਬਸਿਡੀ ਦੀ ਤਰਜ਼ ਤੇ ਖਾਦ ਸਬਸਿਡੀ ਮਾਡਲ ਲਾਗੂ ਕਰਨ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਗਈ ਹੈ। ਮੈਂ ਦੁਬਾਰਾ ਫਿਰ ਇੱਥੇ ਦੱਸਣਾ ਚਾਹਾਂਗਾ ਕੀ ਐਲ ਪੀਜੀ ਸਬਸਿਡੀ ਦੀ ਤਰਜ਼ ਤੇ ਖਾਦ ਸਬਸਿਡੀ ਵਿੱਚ ਸਬਸਿਡੀ ਮਾਡਲ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਖਾਦ ਸੈਕਟਰ ਵਿੱਚ ਸਿੱਧੇ ਲਾਭ ਤਬਦੀਲ ਕਰਨ ਦੇ ਮਾਡਲਾਂ ਨੂੰ ਲਾਗੂ ਕਰਨ ਲਈ ਰਸਤਾ ਸਾਫ਼ ਹੋ ਗਿਆ ਹੈ। ਸਰਕਾਰ ਨੇ ਖਾਦ ਸਬਸਿਡੀ ਦੀ ਰਾਸ਼ੀ ਅਗਲੇ 4 ਮਹੀਨਿਆਂ ਵਿੱਚ ਸਿੱਧੇ ਤੌਰ ਤੇ ਕਿਸਾਨਾਂ ਦੇ ਖਾਤੇ ਵਿੱਚ ਭੇਜਣ ਦਾ ਟੀਚਾ ਮਿੱਥਿਆ ਹੈ ਕਿਸਾਨ ਵੀਰ ਇਸ ਗੱਲ ਨੂੰ ਧਿਆਨ ਨਾਲ ਸੁਣਨ ਮੈਂ ਦੁਬਾਰਾ ਬੋਲ ਕੇ ਦੱਸ ਰਿਹਾ ਹਾਂ ਹਾਂ ਕਿ ਮੋਦੀ ਸਰਕਾਰ ਨੇ ਖਾਦ ਸਬਸਿਡੀ ਦੀ ਰਾਸ਼ੀ ਅਗਲੇ 4 ਮਹੀਨਿਆਂ ਵਿੱਚ ਸਿੱਧੇ ਤੌਰ ਤੇ ਕਿਸਾਨਾਂ ਦੇ ਖਾਤੇ ਵਿੱਚ ਭੇਜਣ ਦਾ ਟੀਚਾ ਮਿੱਥਿਆ ਹੈ ਦਰਅਸਲ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸਾਲ ਦੇ ਪੂਰੇ ਹੋਣ ਤੋਂ ਬਾਅਦ ਤਕਨੀਕੀ ਸਮੱਸਿਆਵਾਂ ਤੇ ਕਾਬੂ ਪਾਇਆ ਗਿਆ ਹੈ ਇਸ ਲਈ ਸਰਕਾਰ ਨੂੰ ਜਲਦੀ ਲਾਗੂ ਕਰਨਾ ਚਾਹੁੰਦੀ ਹੈ ਤੁਹਾਨੂੰ ਦੱਸ ਦਈਏ ਪਿਛਲੇ ਸਾਲ ਸਰਕਾਰ ਨੇ ਖਾਦ ਸਬਸਿਦੀ ਤਹਿਤ ਲਗਭਗ 74 ਕਰੋੜ ਰੁਪਏ ਜਾਰੀ ਕੀਤੇ ਸਨ ਇਸ ਸਮੇਂ ਖਾਦ ਬਣਾਉਣ ਵਾਲਿਆਂ ਨੂੰ ਸਬਸਿਡੀ ਦੀ ਰਕਮ ਦਿੱਤੀ ਜਾਂਦੀ ਹੈ ਖਾਦ ਦੇ ਖੇਤਰ ਦੇ ਵਿੱਚ ਸਿੱਧੇ ਲਾਭ ਤਬਦੀਲ ਕਰਨ ਦੇ ਢੰਗ ਨੂੰ ਵੀ ਸਾਫ਼ ਕਰ ਦਿੱਤਾ ਗਿਆ ਹੈ ਖਾਦ ਸਬਸਿਡੀ ਸਿੱਧੇ ਤੌਰ ਤੇ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਅਗਲੇ 4-5 ਮਹੀਨਿਆਂ ਵਿੱਚ ਡੀਬੀਡੀਟੀ ਸਕੀਮਦ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਜਾਣਗੀਆਂ ਭਾਰੀ ਸਬਸਿਡੀ ਤੇ ਬਕਾਇਆ ਨਾਲ ਜੂਝ ਰਹੀ ਖਾਦ ਕੰਪਨੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਖਾਦ ਮੰਤਰਾਲਾ ਡੀਬੀਟੀ ਸਿੱਧੇ ਲਾਭ ਲਾਭ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਅੰਕੜਿਆਂ ਦੀ ਵਰਤੋਂ ਕਰੇਗਾ ਕਿਸਾਨਾਂ ਦੀ ਜ਼ਮੀਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਬੈਂਕ ਦੇ ਵੀਰਵੇ ਵੀ ਸਰਕਾਰ ਕੋਲ ਉਪਲਬਧ ਹਨ ਤੇ ਖਾਦ ਮੰਤਰਾਲੇ ਨੇ ਖੇਤੀਬਾੜੀ ਮੰਤਰਾਲੇ ਨਾਲ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ ਖਾਦ ਸਬਸਿਡੀ ਲਈ ਪ੍ਰਧਾਨ ਮੰਤਰੀ ਕਿਸਾਨ ਦੀਆਂ ਸ਼ਰਤਾਂ ਦੀ ਵਰਤੋਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਉੱਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਸਾਡੇ ਇੱਕ ਰਿਪੋਰਟਰ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਡਬੀਟੀ ਨੂੰ ਜਲਦੀ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਹਨ ਪ੍ਰਤੀ ਕਿੱਲੇ ਦੇ ਹਿਸਾਬ ਦੀ ਖਪਤ ਦੀ ਮਾਤਰਾ ਦੇ ਨਾਲ ਫੈਸਲਾ ਵਿਗਿਆਨਿਕ ਆਧਾਰ ਤੇ ਕੀਤਾ ਜਾਵੇਗਾ ਤੇ ਮੌਜੂਦਾ ਸਮੇਂ ਕਿਸਾਨ ਪ੍ਰਤੀ ਹੈਕਟੇਅਰ ਵਿੱਚ ਦੋਰੀ ਖਾਦ ਦੀ ਵਰਤੋਂ ਕਰਦੇ ਹਨ ਤੇ ਡਬੀਟੀ ਵਿੱਚ 20 ਤੋਂ 30% ਦੀ ਬਚਤ ਕਰ ਸਕਦੇ ਹਨ ਸੋ ਦੋਸਤੋ ਇਹ ਸੀ ਜੀ ਮੋਦੀ ਸਰਕਾਰ ਦੀ ਕਿਸਾਨਾਂ ਦੇ ਲਈ ਆ ਰਹੀ ਖਾਦ ਸਬਸਿਡੀ ਵਾਲੀ ਸਕੀਮ ਬਾਰੇ ਜਾਣਕਾਰੀ ਇਸ ਵੀਡੀਓ ਨੂੰ ਕਿਸਾਨ ਵੀਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਕੋਈ ਵੀ ਕਿਸਾਨ ਇਸ ਸਕੀਮ ਦਾ ਫਾਇਦਾ ਲੈਣ ਤੋਂ ਬਿਨਾ ਨਾ ਰਹਿ ਸਕੇ ਜੇਕਰ ਤੁਹਾਨੂੰ ਵੀਡੀਓ ਦੀ ਸਮਝ ਨਹੀਂ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਦੁਬਾਰਾ ਸੁਣੋ ਤਾਂ ਜੋ ਤੁਸੀਂ ਕਿਸਾਨਾਂ ਦੀ ਖਾਦ ਸਬਸਿਡੀ ਵਾਲੀ ਸਕੀਮ ਦਾ ਫਾਇਦਾ ਲੈ ਸਕੋ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ